मेरे नाल स्टूडियो विच इस वेले जसप्रीत हो रही कैंट वाटर प्योरीफिकेशन। तुसी रोज प्रवासी रेडियो ते ए ऐड सुनदे भी हो। एक नवा ए लैके आए ना हुण स्लोगन डॉलर ए डे। तो ये असी भी इत्थे प्रवासी दे स्टूडियो विच साडा जिहड़ा दफ्तर आ उत्थे भी लगाया होया इहनां दा सिस्टम। तो बड़ा स्वादला पानी भी है, बहुत ही वधिया वधिया जिहड़ियां इह तुहानूं पानी दे नाल नाल जिहड़ियां इंप्योरिटीज़ ने उहनां नूं दूर करके बहुत स्वादला पानी, स्वच्छ पानी, हैल्दी वाटर तुहाड़े वास्ते। तो इत्थे पानी दे विच बड़ियां सारियां इंप्योरिटीज़ हुंदियां जिहड़ियां सानूं कई वारी नहीं पता हुंदियां। तो काफ़ी कामयाब हो रहा इहनां दा इह कैंट वाटर प्योरीफिकेशन। जसप्रीत स्वागत करदे आं। सति श्री अकाल जी। दिओ थोड़ी जानकारी। आई थिंक तुहाडे कोल दो तीन तरहां दा सिस्टम है। बिल्कुल भाजी, बिल्कुल दिओ जानकारी थोड़ा नेड़े। सब तो पहला तो भाजी मैं ਪਰਵਾਸੀ ਮੀਡੀਆ ਗਰੁੱਪ ਨੂੰ ਥੈਂਕਸ ਕਰਨਾ ਚਾਹੁੰਦਾ। ਲਾਸਟ ਟਾਈਮ ਜਿਹੜਾ ਇੰਟਰਵਿਊ ਸੀਗਾ ਉਹ ਅਵੇਅਰਨੈਸ ਕਾਫੀ ਕੰਮ ਆਈ, ਸਾਨੂੰ ਬਹੁਤ ਅੱਛਾ। ਅਸੀਂ ਵੀ ਸ਼ੇਅਰ ਕੀਤੀ ਕਾਫੀ। ਬਿਲਕੁਲ, ਸਾਨੂੰ ਸਾਡਾ ਮਤਲਬ ਕਾਫੀ ਅੱਛਾ ਰਿਸਪੌਂਸ ਆਇਆ ਇਨ ਅ ਵੇ ਕਿ ਲੋਕਾਂ ਨੂੰ ਜਦੋਂ ਅਵੇਅਰਨੈਸ ਮਿਲਦੀ ਹੈ। ਇੱਕ ਬਹੁਤ ਕਾਮਨ ਜਿਹੀ ਚੀਜ਼ ਸੀਗੀ, ਮੈਂ ਜ਼ਰੂਰ ਡਿਸਕਸ ਕਰਨਾ ਚਾਹੁੰਦਾ ਸੀ। ਸਭ ਦੇ ਘਰੇ ਇੱਕੋ ਹੀ ਚੀਜ਼ ਸੀ, ਲਗਾਉਣ ਤੋਂ ਬਾਅਦ ਸਾਡਾ ਇੱਕ ਪ੍ਰੋਸੈਸ ਹੁੰਦਾ ਹਫ਼ਤੇ ਵਿੱਚ ਵਾਪਸੀ ਜਾਣ ਦਾ, ਕਸਟਮਰ ਨਾਲ ਇੱਕ ਰਿਵਿਊ ਲੈਣ ਦਾ ਕਿ ਕਿਵੇਂ ਉਹ ਫੀਲ ਕਰ ਰਹੇ ਨੇ ਹੁਣ, ਕੀ ਡਿਫਰੈਂਸ ਲੱਗ ਰਹੇ ਨੇ। ਐਂਡ ਸਭ ਦਾ ਹੀ ਕਾਮਨ ਰਿਵਿਊ ਹੁੰਦਾ ਕਿ ਮੈਂ ਪਹਿਲਾਂ ਕਿਉਂ ਨਹੀਂ ਕੀਤਾ, ਮੈਨੂੰ ਸਮਝ ਨਹੀਂ ਆਇਆ ਕਿ ਸਾਲਾਂ ਤੋਂ ਸੋਚ ਰਿਹਾ ਸੀ। ਕਦੀ ਕਦੀ ਕਸਟਮਰ ਡਿਸਕਸ ਕਰਦੇ ਨੇ ਕਿ ਮੈਂ ਸਾਲ ਤੋਂ ਹੀ ਸੋਚ ਰਿਹਾ, ਸਾਲ ਤੋਂ ਹੀ ਪਰਵਾਸੀ ਰੇਡੀਓ ਦੀ ਐਡ ਸੁਣ ਰਿਹਾ, ਮਿਸ ਹੋ ਜਾਂਦਾ, ਇਹ ਹੋ ਜਾਂਦਾ। ਬਟ ਚਲੋ, ਸਾਡਾ ਮੇਨ ਫੋਕਸ ਇਸ ਵਾਰੀ ਵੀ ਇਹੀ ਹੈਗਾ ਕਿ ਲੋਕਾਂ ਨੂੰ ਅਵੇਅਰਨੈਸ ਦੇਣ ਦਾ। ਅਸੀਂ ਮਾਈਂਡ ਨਹੀਂ ਕਰਦੇ ਈਵਨ ਇਫ ਦੇ ਵਾਂਟ ਟੂ ਕੈਰੀ ਫਾਰਵਰਡ ਇਨ ਦਾ ਲੌਂਗਰ ਰਨ, ਬਟ ਅਵੇਅਰਨੈਸ ਸਭ ਤੋਂ ਵੱਡੀ ਚੀਜ਼ ਹੁੰਦੀ ਹੈ। ਪਾਣੀ ਦੇ ਉਹੀ ਬੈਨੀਫਿਟਸ ਨੇ ਜਿਹੜਾ ਪਹਿਲਾਂ ਵੀ ਮੈਂ ਡਿਸਕਸ ਕੀਤੇ ਸੀ ਕਿ ਥੋੜ੍ਹਾ ਇਸ ਵਾਰੀ ਈਜ਼ੀ ਵੇ ਵਿੱਚ ਕਰਾਂਗਾ ਕਿ ਕਿਸੇ ਵੀ ਬੰਦੇ ਨੂੰ ਅਗਰ ਹੇਅਰਫਾਲ ਦੀ ਪ੍ਰੋਬਲਮ ਹੋ ਰਹੀ ਹੈ, ਕਿਸੇ ਨੂੰ ਵੀ ਡਰਾਈਨੈਸ ਐਕਸਟ੍ਰੀਮ ਹੋ ਰਹੀ ਹੈ, ਨਾਨ ਤੋਂ ਬਾਅਦ ਤੁਹਾਨੂੰ ਅਗਰ ਕਰੀਮ ਮੋਇਸਚਰਾਈਜ਼ਰ ਲਗਾਉਣ ਦੀ ਲੋੜ ਪੈ ਰਹੀ ਹੈ, ਦਿਸ ਇਜ਼ ਨੋਟ ਅ ਨੈਚੁਰਲ ਵੇ। ਇਹ ਜ਼ਰੂਰੀ ਨਹੀਂ ਹੈ ਚੀਜ਼ਾਂ ਕਿ ਇਹ ਚੀਜ਼ਾਂ ਕਰਨੀ ਜ਼ਰੂਰੀ ਹੁੰਦੀਆਂ ਨੇ। ਲੋਕਾਂ ਨੂੰ ਲੱਗਦਾ, ਮੈਂ ਲੋਕਾਂ ਨੂੰ ਹੈਡ ਵਾਸ਼ ਬਾਰੇ ਪੁੱਛਦਾ, ਲੋਕ ਕਹਿੰਦੇ ਨੇ ਜਦ ਤੱਕ ਫੋਮ ਨਹੀਂ ਬਣਦੀ ਉਹਨਾਂ ਨੂੰ ਸੈਟਿਸਫੈਕਸ਼ਨ ਨਹੀਂ ਮਿਲਦੀ, ਲਾਂਡਰੀ ਕਰਕੇ ਬੜੇ ਪਰੇਸ਼ਾਨ ਰਹਿੰਦੇ ਨੇ, ਵਾਈਟ ਕਲੋਥਸ ਨੂੰ ਵਾਈਟ ਰੱਖਣ ਲਈ ਬਲੀਚ ਪਾਉਂਦੇ ਨੇ। ਇਹ ਸਾਰੀ ਚੀਜ਼ਾਂ ਉਹਨਾਂ ਨੂੰ ਲੋਕਾਂ ਨੂੰ ਪਾਰਟ ਆਫ ਲਾਈਫ ਲੱਗ ਗਿਆ, ਬਟ ਇਹ ਸਾਰਾ ਚੀਜ਼ਾਂ ਦਾ ਸੋਲਿਊਸ਼ਨ ਵਨ ਟਾਈਮ ਸੋਲਿਊਸ਼ਨ ਹੀ ਹੁੰਦਾ। ਜਿਹੜਾ ਅਸੀਂ ਨਵਾਂ ਪਲਾਨ ਲੈ ਕੇ ਆਏ ਨੇ ਲੋਕਾਂ ਲਈ ਉਹ ਡਾਲਰ ਅ ਡੇ ਦਾ ਹੈਗਾ। ਠੀਕ ਹੈ, ਕੀਪਿੰਗ ਦਿਸ ਇਨ ਮਾਇੰਡ ਕਿ ਜੇ ਤਾਂ ਤੁਸੀਂ ਡਾਲਰ ਦੇ ਵਿੱਚ ਹੀ ਆਪਣੇ ਪੂਰੇ ਘਰ ਨੂੰ ਸਾਫ਼ ਪਾਣੀ ਦੇ ਸਕਦੇ ਹੋ ਪੂਰੇ ਘਰ ਵਾਸਤੇ, ਤੇ ਇਟਸ ਗੋਨਾ ਬੀ ਅ ਗੁੱਡ ਥਿੰਗ। ਕਿਉਂਕਿ ਡਾਲਰ ਦਾ ਖਰਚਾ ਤੇ ਤੁਸੀਂ ਸਮਝ ਲਓ ਕਾਫੀ ਦਾ ਵੀ ਨਹੀਂ ਹੁੰਦਾ ਅੱਜ ਦੇ ਟਾਈਮ ਤੇ। ਠੀਕ ਹੈ, ਸੋ ਪੂਰੇ ਘਰ ਦਾ ਸਿਸਟਮ ਜਦੋਂ ਲੱਗਦਾ ਹੈ, ਜਿਹਨਾਂ ਨੂੰ ਜਿਹੜੇ ਬੰਦੇ ਰੈਂਟਲ ਤੇ ਵੀ ਹੈਗੇ ਨੇ ਐਂਡ ਜੋ ਆਪਣੇ ਘਰ ਦੇ ਆਉਣ ਦੀ ਵੇਟ ਕਰ ਰਹੇ ਨੇ, ਉਹ ਰੈਂਟਲ ਤੇ ਵੀ ਲਗਾ ਸਕਦੇ ਨੇ। ਸਭ ਤੋਂ ਵੱਡੀ ਚੀਜ਼ ਇਹ ਵੀ ਹੈਗੀ, ਰੈਂਟਲ ਵਾਲੇ ਨੂੰ ਅਸੀਂ ਹੈਲਪ ਕਰ ਰਹੇ ਨੇ ਮੂਵਿੰਗ ਦੇ ਵਿੱਚ ਵੀ। ਠੀਕ ਹੈ, ਮੂਵਿੰਗ ਮੀਨਸ ਕੱਲ ਨੂੰ ਅਗਰ 2 ਸਾਲ ਬਾਅਦ ਆਪਣੇ ਘਰ ਵਿੱਚ ਜਾਂਦੇ ਵੀ ਨੇ, ਉਹ ਸਾਰਾ ਸਿਸਟਮ ਨਵਾਂ ਚੱਕ ਕੇ ਉੱਥੇ ਮੂਵ ਕਰ ਸਕਦੇ ਨੇ, ਕੋਈ ਆਪਣਾ ਲੋਸ ਤੇ ਨਹੀਂ ਰਹਿੰਦਾ ਬੰਦਾ। ਬਟ ਦੈਨ ਬੈਨੀਫਿਟ ਸਟਾਰਟਸ ਫਰੋਮ ਡੇ 1। ਕਿਸੇ ਨੂੰ ਹੇਅਰਫਾਲ ਦੀ ਪ੍ਰੋਬਲਮ, ਡਰਾਈਨੈਸ ਦੀ ਪ੍ਰੋਬਲਮ, ਸਕਿਨ ਰੈਸ਼ ਜਾਂ ਇਚੀਨੈਸ ਦੀ ਪ੍ਰੋਬਲਮ, ਛੋਟੇ ਬੱਚਿਆਂ ਨੂੰ ਐਗਜ਼ੀਮਾ ਦੀ ਪ੍ਰੋਬਲਮ ਜਾਂ ਡਰਿੰਕਿੰਗ ਵਾਟਰ ਦੀ ਪ੍ਰੋਬਲਮ, ਸਾਰਾ ਹੀ ਸੋਲਿਊਸ਼ਨ ਆਪਣੇ ਕੋਲ ਹੈਗਾ। ਨੰਬਰ ਬੋਲ ਦਿਓ ਇਸ ਵੇ। ਮੇਰਾ ਨੰਬਰ ਭਾਜੀ 6475640009। ਮੈਂ ਨੰਬਰ ਬੋਲ ਦਿੰਦਾ ਜੀ 6475640009। ਇਹਨਾਂ ਦਾ ਫੋਨ ਨੰਬਰ ਹੈ ਔਰ ਇਹ ਇੰਡੀਆ ਦੇ ਵਿੱਚ ਬੜੀ ਵੱਡੀ ਕੰਪਨੀ ਆ। ਅਗਰ ਤੁਸੀਂ ਆਪਣੇ ਰਿਲੇਟਿਵ ਨੂੰ ਪੁੱਛੋਗੇ ਤੇ ਕੈਂਟ ਜਿਹੜਾ ਨਾਮ ਹੈ ਬੜਾ ਉੱਥੇ ਜਾਣਿਆ ਪਛਾਣਿਆ ਨਾਮ ਹੈ ਇੰਡੀਆ 'ਤੇ। ਖੈਰ ਬਹੁਤ ਜ਼ਿਆਦਾ ਪਾਣੀ ਦੀ ਇੰਪਿਓਰਿਟੀਜ਼ ਨੇ, ਪਰ ਅਸੀਂ ਕਈ ਵਾਰੀ ਸੋਚਦੇ ਕਿ ਕੈਨੇਡਾ ਜਿਹੜਾ ਅਸੀਂ ਪਾਣੀ ਪੀਂਦੇ ਹਾਂ ਬੜਾ ਸਵੱਛ ਪਾਣੀ ਹੈ, ਸਾਫ਼ ਪਾਣੀ ਹੈ, ਐਸਾ ਨਹੀਂ ਹੈ। ਪਰ ਇਹ ਪਹਿਲਾਂ ਤੁਹਾਨੂੰ ਟਰਾਇਲ ਕਰਕੇ ਦਿਖਾਉਣਗੇ, ਟਰਾਇਲ ਕਰਾਓ, ਇਹਨਾਂ ਨੂੰ ਬੁਲਾਓ, ਚੈੱਕ ਕਰੋ, ਫਿਰ ਇਹਨਾਂ ਦਾ ਸਿਸਟਮ ਲਗਵਾਓ, ਸਾਰੀ ਜਾਣਕਾਰੀ ਲਵੋ, ਤਸੱਲੀ ਕਰੋ, ਫਿਰ ਸਿਸਟਮ ਲਗਵਾਓ। ਇਹ ਮੇਰੀ ਬੇਨਤੀ ਹੈ। ਅਤੇ ਹੁਣ ਤੁਹਾਡੇ ਲਈ ਇੱਕ ਆਫਰ ਲੈ ਕੇ ਆਇਆ ਡਾਲਰ ਏ ਡੇ, ਤੋ ਤੁਹਾਡੇ ਲਈ ਸਹੂਲਤ ਵੀ ਹੋ ਗਈ। ਹੁਣ ਜੇ ਤੁਸੀਂ ਇਮੀਡੀਏਟਲੀ ਸਾਰੇ ਪੈਸੇ ਨਹੀਂ ਖਰਚ ਕਰਨੇ ਤੇ ਇਹਨਾਂ ਨਾਲ ਗੱਲ ਕਰ ਲਓ 6475640009। ਇਹਨਾਂ ਦਾ ਇਹ ਫੋਨ ਨੰਬਰ ਹੈ ਔਰ ਜੇ ਕੋਈ ਸਾਡਾ ਰੈਫਰੈਂਸ ਦੇਵੇ, ਬੁਲਾਏ, ਤੁਹਾਨੂੰ ਥੋੜਾ ਹੋਰ ਇਨਸੈਂਟਿਵ ਜ਼ਰੂਰ ਦੇ ਦੇਣਾ। ਬਿਲਕੁਲ ਭਾਜੀ, ਥੈਂਕ ਯੂ ਸੋ ਮਚ ਤੁਹਾਡਾ ਆਉਣ ਦੇ ਜਸਪ੍ਰੀਤ, ਔਰ ਤੁਹਾਡੇ ਨਾਲ ਜਲਦੀ ਗੱਲ ਕਰਾਂਗੇ। ਥੈਂਕ ਯੂ ਭਾਜੀ, ਥੈਂਕਸ ਅ ਲੋਟ।